ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੁਹਾਨੂੰ ਪਤਾ ਹੈ ਕਿ ਕਿਸੇ ਵੀ ਸਮਾਜ ਦੇਸ਼ ਕੋਈ ਵੀ ਸੰਸਥਾ ਕੋਈ ਵੀ ਉਦਯੋਗ ਦੇ ਵਿੱਚ ਮਜ਼ਦੂਰ ਹੋਣ ਕਾਮੇ ਹੋਣ ਮਿਹਨਤ ਕਰਨ ਵਾਲੇ ਹੋਣ ਉਹਨਾਂ ਦਾ ਇੱਕ ਅਹਿਮ ਰੋਲ ਹੁੰਦਾ ਹੈ ਉਨ੍ਹਾਂ ਦੀ ਵੱਡੀ ਗਿਣਤੀ ਇਸ ਦੀ ਕਾਮਯਾਬੀ ਦੇ ਲਈ ਹੱਥੀਂ, ਅਕਲ-ਇਲਮ ਤੇ ਤੰਦਹੀ ਦੇ ਨਾਲ ਜੁਟੀ ਹੁੰਦੀ ਹੈ। ਕੋਈ ਹੱਥਾਂ ਦੇ ਨਾਲ ਕੰਮ ਕਰਦਾ ਹੈ, ਕੋਈ ਆਪਣੀ ਅਕਲ ਨੂੰ ਇਸਤੇਮਾਲ ਕਰਕੇ ਕੰਮ ਕਰਦਾ ਹੈ, ਕੋਈ ਫਿਜ਼ੀਕਲੀ ਕੰਮ ਕਰਦਾ ਹੈ ਪਰ ਕੰਮ ਕਰਨ ਵਾਲੇ ਕਾਮੇ ਇੱਕ ਉਦਯੋਗ ਦੇ ਲਈ ਅਹਿਮ ਹੁੰਦੇ ਆ। ਕਿਸੇ ਵੀ ਉਦਯੋਗ ਦੇ ਵਿੱਚ ਕਾਮਯਾਬੀ ਦੇ ਲਈ ਮਾਲਕ, ਸਰਮਾਇਆ, ਕਾਮੇ ਤੇ ਸਰਕਾਰ ਅਹਿਮ ਥਿਰਾ ਹੁੰਦੇ ਆ। ਕਾਮਿਆਂ ਤੋਂ ਬਿਨਾ ਕੋਈ ਵੀ ਸੰਨਤੀ ਟਾਂਚਾ ਖੜਾ ਨਹੀਂ ਰਹਿ ਸਕਦਾ ਦੁਨੀਆ ਨੂੰ ਚਲਾਉਣ ਵਿੱਚ ਮੁੱਖ ਭੂਮਿਕਾ ਮਜ਼ਦੂਰਾਂ ਦੀ ਹੈ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜ਼ਿਆਦਾ ਭੂਮਿਕਾ ਜੋ ਹੈ ਉਹ ਮਜ਼ਦੂਰ ਨਿਭਾ ਰਹੇ ਨੇ ਦੇਸ਼ ਦੀ ਇਕਨੋਮੀ ਨੂੰ ਵਧਾਉਣ ਦੇ ਲਈ ਇਸੇ ਕਰਕੇ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਤੇ ਹੁਣ ਅਸੀਂ ਕੈਨੇਡਾ ਦੇ ਵਿੱਚ ਮਜਦੂਰ ਦੇ ਵਿੱਚ ਲੇਬਰ ਡੇ ਮਨਾ ਰਹੇ ਆ 1 ਮਈ ਨੂੰ ਵਿਸ਼ਵ ਦੇ ਬਹੁਤ ਸਾਰੇ ਦੇਸ਼ ਲੇਬਰ ਡੇ ਮਨਾਉਂਦੇ ਨੇ ਭਾਰਤ ਦੇ ਵਿੱਚ ਵੀ ਪਹਿਲੀ ਵਾਰ 1 ਮਈ 1923 ਨੂੰ ਹਿੰਦੁਸਤਾਨ ਕਿਸਾਨ ਪਾਰਟੀ ਨੇ ਮਦਰਾਸ ਦੇ ਵਿੱਚ ਮਜਦੂਰ ਦਿਵਸ ਮਨਾਇਆ ਸੀ ਤੇ ਮਈ ਨੂੰ 80 ਤੋਂ ਵੱਧ ਦੇਸ਼ਾਂ ਦੇ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ ਉੱਥੇ ਹੀ ਜੇ ਹੁਣ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਤਾਂ ਕੈਨੇਡਾ ਦੇ ਵਿੱਚ ਲੇਬਰ ਡੇ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ ਮਜਦੂਰ ਦਿਵਸ ਦੇ ਜੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਇਸ ਦੀ ਨੀ ਇੱਕ ਤਤਕਾਲੀਨ ਕਾਰਨ ਨਾਲ ਰੱਖੀ ਗਈ ਸੀ ਜਦੋਂ 1886 ਦੇ ਵਿੱਚ 1886 ਈਸਵੀ ਦੇ ਵਿੱਚ ਸ਼ਿਕਾਗੋ ਯਾਨੀ ਕਿ ਅਮਰੀਕਾ ਦੇ ਵਿੱਚ ਹੇ ਮਾਰਕੀਟ ਦੇ ਵਿੱਚ ਕਿਸੇ ਅਣਜਾਣ ਵਿਅਕਤੀ ਦੁਆਰਾ ਪੁਲਿਸ ਤੇ ਸਿੱਟੇ ਗਏ ਬੰਬ ਦੇ ਪ੍ਰਤੀਕਰਮ ਵਜੋਂ ਪੁਲਿਸ ਦੇ ਦੁਆਰਾ ਉਹਨਾਂ ਕੰਮ ਆ ਤੇ ਮਜ਼ਦੂਰਾਂ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜੋ ਕਿ ਆਪਣੇ ਆਪ ਦੇ ਵਿੱਚ 8 ਘੰਟੇ ਕੰਮ ਦੀ ਮੰਗ ਲਈ ਹੜਤਾਲ ਤੇ ਬੈਠੇ ਸੀ ਇਸ ਅੰਨੇਵਾਹ ਫਾਇਰਿੰਗ ਦੇ ਵਿੱਚ ਕਈ ਪ੍ਰਦਰਸ਼ਨਕਾਰੀ ਮਜ਼ਦੂਰ ਮਾਰੇ ਗਏ ਸਨ ਉਸ ਸਮੇਂ ਦੌਰਾਨ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਲੰਮੇ ਸਮੇਂ ਯਾਨੀ ਕਿ 12 ਤੋਂ 12 ਘੰਟੇ ਤੱਕ 7 ਦਿਨ ਕੰਮ ਕਰਦੇ ਹੁੰਦੇ ਸੀ ਤੇ ਤਨਖਾਹ ਵੀ ਉਦੋਂ ਬਹੁਤ ਘੱਟ ਮਿਲਦੀ ਹੁੰਦੀ ਸੀ ਅਮਰੀਕਾ ਦੇ ਵਿੱਚ ਬੱਚਿਆਂ ਨੂੰ ਮਾੜੀਆਂ ਹਾਲਾਤਾਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਖਾਨਾ ਦੇ ਵਿੱਚ ਤੇ ਖੇਤਾਂ ਦੇ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ ਤੇ ਇਸ ਤੋਂ ਬਾਅਦ ਮਜ਼ਦੂਰਾਂ ਨੇ ਆਪਣੇ ਪ੍ਰਦਰਸ਼ਨਾਂ ਪ੍ਰੋਟੈਸਟ ਦੇ ਦੁਆਰਾ ਉਹਨਾਂ ਦੀ ਤਨਖਾਹ ਵਧਾਉਣ ਅਤੇ ਕੰਮ ਦੇ ਘੰਟਿਆਂ ਨੂੰ ਘਟਾਉਣ ਲਈ ਉਹਨਾਂ ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਫਿਰ 1899 ਦੇ ਵਿੱਚ ਪੈਰਿਸ ਦੇ ਵਿੱਚ ਬਣੇ ਮਜ਼ਦੂਰਾਂ ਦੇ ਸੰਗਠਨ ਇੰਟਰਨੈਸ਼ਨਲ ਸੈਕੰਡ ਕਾਂਗਰਸ ਉਨ੍ਹਾਂ ਨੇ ਇਸ ਘਟਨਾ ਪ੍ਰਤੀ ਵਿਰੋਧ ਪ੍ਰਗਟ ਕਰਨ ਲਈ ਇਸ ਦੀ ਵਰੇਗੰਡ ਮਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਸਿੱਟੇ ਦੇ ਵਜੋਂ 1 ਮਈ 1890 ਨੂੰ ਸ਼ਿਕਾਗੋ ਗੋਲੀ ਕਾਂਡ ਦੀ ਪਹਿਲੀ ਵਰੇਗੰਡ ਮਨਾਈ ਗਈ ਤੇ ਇਸ ਦਿਨ ਤੋਂ ਹੀ ਮਈ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਹੁਣ ਇਸ ਤੋਂ ਬਾਅਦ 1894 ਤੋਂ ਅਤੇ ਫਿਰ 1919 ਨੂੰ ਮਈ ਦਿਵਸ ਮਨਾਉਂਦੇ ਆ ਉਹੀ ਫਿਰ ਸ਼ਿਕਾਗੋ ਦੇ ਵਿੱਚ ਮਜ਼ਦੂਰ ਵਿਰੋਧੀ ਸਰਕਾਰ ਵਤੀਰੇ ਨੇ ਮਈ ਦਿਵਸ ਨੂੰ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਉਂਦੀ ਨਹੀਂ ਹੋਰ ਵੀ ਮਜ਼ਬੂਤ ਕਰ ਦਿੱਤੀ ਤੇ ਜਿਹੀਆਂ ਅੰਤਰਰਾਸ਼ਟਰੀ ਪੱਦਰਤੇ ਹੋ ਰਹੀਆਂ ਮਜ਼ਦੂਰ ਵਿਰੋਧੀ ਘਟਨਾਵਾਂ ਨੂੰ ਦੇਖਦੇ ਹੋਏ ਨੀਦਰਲੈਂਡ ਦੇ ਵਿੱਚ ਇੰਟਰਨੈਸ਼ਨਲ ਸੋਸ਼ਲਿਸਟ ਕਾਨਫਰੰਸ ਜੋ ਸੱਦੀ ਗਈ ਜਿੰਦੇ ਵਿੱਚ ਦੁਨੀਆ ਭਰ ਤੋਂ ਸਾਰੇ ਸਮਾਜਿਕ ਲੋਕਤੰਤਰੀ ਸੰਗਠਨਾ ਪਾਰਟੀਆਂ ਵਪਾਰ ਸੰਗਠਨਾ ਨੂੰ ਮਈ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਜਿਸ ਦਾ ਉਦੇਸ਼ ਕੰਮ ਦੇ 8 ਘੰਟੇ ਨਿਰਧਾਰਿਤ ਕੰਮ ਦੀ ਕਾਨੂੰਨੀ ਵਿਵਸਥਾ ਯਕੀਨੀ ਬਣਾਉਣਾ ਸੀ ਤੇ ਇਸ ਲਈ ਅੰਤਰਰਾਸ਼ਟਰੀ ਪੱਧਰ ਤੇ 1 ਮਈ ਨੂੰ ਕੰਮ ਛੱਡ ਕੇ ਸ਼ਾਂਤ ਮੀਟਾਂਗ ਨਾਲ ਆਪਣੀਆਂ ਮੰਗਾਂ ਮਨਵਾਉਣ ਦਾ ਆਦੇਸ਼ ਦਿੱਤਾ ਗਿਆ ਐਵੇਂ ਹੀ ਪੂਰੇ ਵਿਸ਼ਵ ਵਿੱਚ ਮਈ ਦਿਵਸ ਨੂੰ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹਾਸ ਥਿਸ ਫਰ ਸਟ੍ਰੇਂਜ ਆਈਡੀਆ ਅ ਡੇ ਆਫ ਫਰਮ ਵਰਕ ਇਨ ਆਨਰ ਆਫ Work itself. Actually, that is what Labor Day, celebrated in the United States and Canada on the first Monday of every September, is all about. The first American Labor Day was celebrated in New York City on September 5, 1882, as thousands of workers and their families came to Union Square for a day in the park. It was not a national holiday but had been organized by a union to honor workers and their hard efforts with a rare day of rest, halfway between July Fourth and Thanksgiving. There were picnics and a parade, but there were also protests. The workers had gathered not just to rest and celebrate, but to demand fair wages, the end of child labor, and the right to organize into unions. During the period known as the Industrial Revolution, many jobs were difficult, dirty, and dangerous. People worked for 12 hours, six days a week, without fringe benefits such as vacations, health care, and pensions. And if you were young, chances are you were doing manual labor instead of your ABCs and fractions. Children as young as 10 Worked in some of the most hazardous places like coal mines or factories filled with boiling vats or dangerous machines. Trying to win better pay, shorter hours, and safer conditions, workers had begun to form labor unions in America and Canada. But the companies they worked for often fought hard to keep unions out and to suppress strikes. At times, this led to violent battles between workers and business owners, with the owners often backed up by the police or even the military. In the following years, the idea of Labor Day caught on in America, with official celebrations reaching 30 states. But then came the violent Haymarket Square riot of 1886, which led to the deaths of several policemen and workers in Chicago and the execution of four union leaders. After that, many labor and political groups around the world had begun to mark Haymarket Square on May 1st, which became known as International Workers' Day. In 1894, President Grover Cleveland signed the law making Labor Day a federal holiday in America, only days after he had sent 12,000 soldiers to end a violent railroad strike that resulted in the death of several people. The original September date was kept, partly to avoid the more radical associations of May 1st. Canada also created its Labor Day in 1894. But in spite of this new holiday, it would be a long time before the changes that workers wanted became a reality. In 1938, during the Great Depression that left millions without jobs, President Franklin D. Roosevelt signed a law calling for an eight-hour workday, a five-day work week, and an end to child labor, some of the first federal protections for American workers. As America and Canada celebrate Labor Day, most of the two countries' children enjoy a day off from school. But it is important to remember that there was a time that every day was a Labor Day for children in America and Canada. And unfortunately The same fact remains true for millions of children around the world. ਹੁਣ ਮਜ਼ਦੂਰ ਦਿਵਸ ਦੀ ਗੱਲ ਕਰ ਰਹੇ ਹਾਂ ਤਾਂ ਦੁਨੀਆ ਭਰ ਦੇ ਦੇਸ਼ ਇਸ ਨੂੰ ਆਪਣੇ ਆਪਣੇ ਤੰਗ ਦੇ ਨਾਲ ਮਨਾਉਂਦੇ ਨੇ। ਸਮਾਜਵਾਦੀ ਤੇ ਕਮਿਊਨਿਸਟ ਦੇਸ਼ਾਂ ਦੇ ਵਿੱਚ ਜਿਵੇਂ ਚੀਨ, ਕਿਊਬਾ, ਰੂਸ ਇਹਦੇ ਵਿੱਚ ਸਰਕਾਰੀ ਛੁੱਟੀ ਹੋਣ ਦੇ ਨਾਲ-ਨਾਲ ਰਾਸ਼ਟਰ ਪੱਧਰ ਤੇ ਸੈਨਿਕ ਪ੍ਰੀੜ ਵੀ ਆਯੋਜਿਤ ਕੀਤੀ ਜਾਂਦੀ ਹੈ। ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਨੇ। ਹੁਣ ਕੈਨੇਡਾ ਦੀ ਗੱਲ ਕਰਦੇ ਹਾਂ। ਕੈਨੇਡਾ ਦੇ ਵਿੱਚ ਸਰਕਾਰੀ ਤੌਰ ਤੇ ਮਜ਼ਦੂਰ ਦਿਵਸ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਕਿ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਜਦੋਂ ਕਿ 1 ਮਈ ਨੂੰ ਮਜ਼ਦੂਰ ਦਿਵਸ ਵਪਾਰ ਸੰਗਠਨਾ ਤੇ ਯੂਨੀਅਨ ਦੇ ਦੁਆਰਾ ਮਨਾਇਆ ਜਾਂਦਾ ਹੈ ਲੇਬਰ ਡੇ ਸਤੰਬਰ ਦੇ ਪਹਿਲੇ ਸੋਮਵਾਰ ਨੂੰ 1894 ਤੋਂ ਕੈਨੇਡਾ ਦੇ ਵਿੱਚ ਇੱਕ ਕਾਨੂੰਨੀ ਛੁੱਟੀ ਰਿਹਾ ਇਤਿਹਾਸਿਕ ਤੌਰ ਤੇ ਮਜ਼ਦੂਰਾਂ ਨੇ ਦਿਨ ਨੂੰ ਵੱਖ-ਵੱਖ ਗਤੀਵਿਧੀਆਂ ਦੇ ਨਾਲ ਮਨਾਇਆ। ਇਹਨਾਂ ਦੇ ਵਿੱਚ ਪ੍ਰੇਡ ਹੁੰਦੀ ਹੈ, ਪਾਸ਼ਨ ਹੁੰਦੀ ਹੈ, ਖੇਡਾਂ ਹੁੰਦੀਆਂ ਨੇ, ਸ਼ੁਕੀਨ ਮੁਕਾਬਲੇ ਹੁੰਦੇ ਨੇ, ਪਿਕਨਿਕ ਹੁੰਦੀ ਹੈ। ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ। ਛੁੱਟੀ ਨੇ ਮਜ਼ਦੂਰ ਸ਼੍ਰੇਣੀ ਇਕਤਾ ਅਤੇ ਤੇਜ਼ੀ ਨਾਲ ਉਦਯੋਗੀਕਰਨ ਦੇ ਸਮੇਂ ਦੌਰਾਨ ਸਬੰਧਤ ਨੂੰ ਉਤਸ਼ਾਹਿਤ ਕੀਤਾ। ਦੂਸਰੇ ਵਿਸ਼ਵ ਵਿਰੋਧ ਤੋਂ ਲੈ ਕੇ ਬਹੁਤ ਘੱਟ ਅਤੇ ਘੱਟ ਲੋਕਾਂ ਨੇ ਲੇਬਰ ਡੇ ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲਿਆ। ਫਿਰ ਵੀ ਇੱਕ ਕਾਨੂੰਨੀ ਛੁੱਟੀ ਬਣਿਆ ਰਿਹਾ। ਬਹੁਤ ਸਾਰੇ ਕਨੇਡੀਅਨ ਮਨ ਮਜਦੂਰੀ ਦਿਵਸ ਦੀ ਛੁੱਟੀ ਮਨੋਰੰਜਨ ਦੇ ਕੰਮਾਂ ਤੇ ਪਰਿਵਾਰਿਕ ਸਮੇਂ ਲਈ ਸਮਰਪਿਤ ਕਰਦੇ ਨੇ ਜੋ ਜੋ ਇਹ ਦਿਨ ਦੇਸ਼ ਭਰ ਦੇ ਵਿੱਚ ਵਿਧੇਰੇ ਮਸ਼ਹੂਰ ਹੁੰਦਾ ਗਿਆ ਲੇਬਰ ਸੰਸਥਾਵਾਂ ਨੇ ਸਰਕਾਰਾਂ ਤੇ ਦਬਾਅ ਪਾਇਆ ਕਿ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਇੱਕ ਕਾਨੂੰਨੀ ਛੁੱਟੀ ਮਿਲੇ ਉਹਨਾਂ ਦਾ ਪ੍ਰਭਾਵ ਕਾਫੀ ਮਹੱਤਵਪੂਰਨ ਸੀ ਕਿ ਰਾਇਲ ਕਮਿਸ਼ਨ ਨੇ ਲੇਬਰ ਐਂਡ ਕੈਪੀਟਲ ਆਫ ਰਿਲੇਸ਼ਨ ਆਫ ਕੈਨੇਡਾ ਨੂੰ ਸਿਫਾਰਿਸ਼ ਕੀਤੀ ਸੀ ਕਿ ਫੈਡਰਲ ਸਰਕਾਰ ਨੂੰ ਮਜ਼ਦੂਰ ਦਿਵਸ ਸਥਾਪਿਤ ਕੀਤਾ ਜਾਵੇ ਇਸ ਤੋਂ ਪਹਿਲਾਂ ਸਿਰਫ ਕੁਝ ਕੁ ਨਗਰਪਾਲਿਕਾਵਾਂ ਵਿੱਚ ਦਿਨ ਦਾ ਅਧਿਕਾਰਿਤ ਰੁਤਬਾ ਹੁੰਦਾ ਸੀ ਉਦਾਹਰਨ ਦੇ ਲਈ ਮੌਂਟਰੀਅਲ ਨੇ ਇਹਨੂੰ 1899 ਦੇ ਵਿੱਚ ਇੱਕ ਨਾਗਰਿਕ ਛੁੱਟੀ ਦੀ ਕੋਸ਼ਨਾ ਕੀਤੀ ਸੀ ਮਾਰਚ ਤੇ ਅਪ੍ਰੈਲ 1894 ਦੇ ਵਿੱਚ 온ਟਾਰੀਓ ਕਿਊਬੈਕ ਨਿਊ ਬ੍ਰਾਂਸਵਿਕ ਮੈਨੀਟੋਬਾ ਤੇ ਬ੍ਰਿਟਿਸ਼ ਕੋਲੰਬੀਆ ਦੀਆਂ 50 ਤੋਂ ਵੱਧ ਮਜ਼ਦੂਰ ਸੰਗਠਨਾਵਾਂ ਨੇ ਸੰਸਦ ਮੈਂਬਰਾਂ ਨੂੰ ਪਟੀਸ਼ਨਾਂ ਦਿੱਤੀਆਂ ਇਨੋਂ ਸਮੂਹਾਂ ਦੇ ਵਿੱਚ ਕਈ ਖੇਤਰੀ ਵਪਾਰ ਤੇ ਸਮਾਜ ਮਜ਼ਦੂਰ ਸੁਭਾਵਾਂ ਅਤੇ ਨਾਲ ਹੀ ਨਾਈਟਸ ਆਫ ਲੇਬਰ ਦੀਆਂ ਸਥਾਨਕ ਅਸੈਂਬਲੀਆਂ ਸ਼ਾਮਲ ਸੀਗੀਆਂ। ਉਹਨਾਂ ਨੇ ਆਪਣੀ ਲੌਬਿੰਗ ਲਹਿਰ ਨੂੰ ਅਮਰੀਕੀ ਯੂਨੀਅਨ ਦੁਆਰਾ ਮਿਲੀਆਂ-ਮਿਲੀਆਂ ਜੁਲਦੀਆਂ ਪਹਿਲਕਦਮੀਆਂ ਤੇ ਆਧਾਰਿਤ ਕੀਤਾ। ਹਾਊਸ ਆਫ ਕਾਮਨਸ ਦੇ ਵਿੱਚ ਪ੍ਰਧਾਨ ਮੰਤਰੀ ਜੌਨ ਟੌਮਸਨ ਦੇ ਦੁਆਰਾ ਸਪੌਂਸਰ ਕੀਤੇ ਗਏ ਬਿੱਲ ਤੇ ਮਈ 1894 ਵਿੱਚ ਛੁੱਟੀ ਦੀ ਕਾਨੂੰਨੀ ਸਥਿਤੀ ਬਾਰੇ ਬਹਿਸ ਕੀਤੀ ਗਈ। ਸਦਨ ਨੇ ਬਿਨਾਂ ਕਿਸੇ ਵਿਚਾਰ ਵਟਾਂਦਰੇ ਦੇ ਇਹਦਾ ਇੱਕ ਸੋਧਿਆ ਹੋਇਆ ਕਾਨੂੰਨ ਜੋ ਪਾਸ ਕਰ ਦਿੱਤਾ। ਇਹਨੂੰ 23 ਜੁਲਾਈ ਨੂੰ ਸ਼ਾਹੀ ਸਹਿਮਤੀ ਵੀ ਮਿਲ ਗਈ ਸੀ ਕਿਉਂਕਿ ਕੈਨੇਡਾ ਦੇ ਵਿੱਚ ਕੋਈ ਵੀ ਜੇ ਕਾਨੂੰਨ ਪਾਸ ਹੁੰਦਾ ਤਾਂ ਸ਼ਾਹੀ ਸਹਿਮਤੀ ਮਿਲਣੀ ਜ਼ਰੂਰੀ ਹੁੰਦੀ ਹੈ, ਕੁਈਨ ਦੀ ਸਹਿਮਤੀ ਮਿਲਣੀ ਜ਼ਰੂਰੀ ਹੁੰਦੀ ਹੈ। ਉਹ ਵੀ ਮਿਲ ਗਈ ਸੀ ਤੇ ਸੰਯੁਕਤ ਰਾਜ ਦੀ ਸੰਗੀ ਸਰਕਾਰ ਨੇ 1894 ਦੇ वे ਵਿੱਚ ਛੁੱਟੀ ਨੂੰ ਮਾਨਤਾ ਦੇ ਦਿੱਤੀ ਸੀ ਹੁਣ ਕੈਨੇਡੀਅਨਸ ਨੇ 3 ਸਤੰਬਰ 1894 ਨੂੰ ਮਜ਼ਦੂਰ ਦਿਵਸ ਸਮਾਰੋਹ ਦੇ ਨਾਲ ਮਨਾਇਆ ਸੀ ਪਹਿਲੀ ਵਾਰ ਇੱਕ ਸਮਾਰੋਹ ਦੇ ਦੌਰਾਨ ਮਜ਼ਦੂਰ ਦਿਵਸ ਮਨਾਇਆ ਗਿਆ ਮੌਂਟਰੀਅਲ ਦੇ ਵਿੱਚ ਸ਼ਹਿਰ ਦੇ ਟ੍ਰੇਡਰਸ ਅਤੇ ਲੇਬਰ ਕਾਂਗਰਸ ਦੇ ਦਿਨ ਦੇ ਸਮਾਰੋਹਾਂ ਦੇ ਆਯੋਜਕਾਂ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਗਈ ਸੀ ਐਵਰੀ ਈਅਰ ਪੀਪਲ ਅਕ੍ਰੋਸ ਦ ਵਰਲਡ ਕਮੇਮੋਰੇਟ ਲੇਬਰ ਡੇ ਔਨ ਮੇ 1 ਆਲਸੋ ਨੋਨ ਐਜ਼ ਮੇਡੇ ਸੋ ਵਾਟ ਇਜ਼ ਦ ਸਟੋਰੀ ਬਿਹਾਈਂਡ ਦਿਸ ਹਾਲੀਡੇ In the late 1800s, American workers faced 12 hour workdays, 7 days a week, under very difficult conditions. Eventually, labor unions had had enough, and on May 1, 1886, hundreds of thousands of people went on strike across the country calling for 8-hour workdays. 3 days later, a bomb went off in Chicago's Haymarket Square, the city at the center of the unrest as tensions escalated between strikers and strikebreakers, killing 7 police officers and 4 civilians. The event only sparked a stronger push for workers' rights, but it wasn't until nearly a decade later that President Cleveland signed into law Labor Day as a holiday

But in the US, the holiday was set for the first Monday in September. It was an attempt to distance any association with the Haymarket riots over fears it would fuel support for communism and other radical ideas. May Day eventually became a huge celebration in the former Soviet Union, marked by large military parades. May 1st continued to be recognized as Labor Day across the rest of the world as the holiday was eventually embraced internationally. <laughs> ਨਾਲ ਲੋਕ ਛੁੱਟੀ ਮਨਾਉਂਦੇ ਆ ਪਰ ਇਸ ਵਾਰ ਹੁਣ ਜੇ 2020 ਦੀ ਗੱਲ ਕਰੀਏ ਇਸ ਵਾਰ ਮਜ਼ਦੂਰ ਦਿਵਸ ਲੇਬਰ ਡੇ ਜਾਂ ਕੋਈ ਕਹਿ ਸਕਦੇ ਹਾਂ ਹਰ ਤਿਉਹਾਰ ਹੀ ਅਲੱਗ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਸੋਸ਼ਲ ਡਿਸਟੈਂਸ ਰੱਖ ਕੇ ਮਨਾਇਆ ਜਾ ਰਿਹਾ ਪਰ ਪਰਿਵਾਰਾਂ ਦੇ ਵਿੱਚ ਮਨਾਇਆ ਜਾ ਸਕਦਾ ਹੈ ਸੁਚੇਤ ਹੋਣ ਲਈ ਵਾਰ-ਵਾਰ ਕਿਹਾ ਜਾ ਸਕਦਾ ਹੈ ਟਲੌਂਗ ਵੀਕਐਂਡ ਦੇ ਦੌਰਾਨ ਲੋਕ ਅਲੱਗ-ਅਲੱਗ ਸੂਬਿਆਂ ਨੂੰ ਵਿਜ਼ਿਟ ਕਰਦੇ ਆ ਪਿਕਨਿਕ ਮਨਾਉਣ ਜਾਇਆ ਜਾਂਦਾ ਹੈ ਕੈਂਪਿੰਗ ਦੇ ਲਈ ਜਾਇਆ ਜਾਂਦਾ ਪਰ ਇਸ ਵਾਰ ਜੋ ਗਾਈਡਲਾਈਨਸ ਕੀ ਦਿੱਤੀਆਂ ਜਾ ਰਹੀਆਂ ਨੇ ਕਿ ਆਪਣੇ ਆਲੇ-ਦੁਆਲੇ ਰਹੋ ਸੁਚੇਤ ਰਹੋ ਕਿਉਂਕਿ ਪੈਂਡੈਮਿਕ ਹੈ ਐਸ ਵਾਰ Of course, we have a long weekend, so there'll be a lot of gatherings. I think what I'm asking all Quebecers is to be careful, to uh, keep two meters, uh, wear a mask. Uh, I think it's important. Uh, we see that uh, there's not a, a specific problem in bars or in some places, it's really everywhere people have to be careful i understand that uh, some are tired about uh, the situation after 6 months but we have to be careful and i'm asking quebecers uh, to to be careful because at 184 it's the double of what we had a month ago so we have to be careful we're far from the 8 or 900 cases new cases a day that we had last spring but the trend is not good so i'm asking quebecers all their help to change the direction of the tram on behalf of Canada's Building Trade Union yani ki CBTU unna ne bhi message ditta hai kyunki construction da business bahut zyada hai construction de vich log kamm karde ne mehnat da kamm karde ne unna nu no message ditta gaya 6 lakh to vad workers da dhanwad kita gaya te naal naal Canada bhar de vich jede vi log kamm karde ne chahe oh construction de vich ne chahe ho, offices de vich ne har koi kamm karda hai hathi kamm karke jo hai apni roz roti kamaunda you continued to go to work each and every day since the start of the pandemic canadians and people around the world have suffered lost loved ones been separated from family and friends and lost any sense of normalcy throughout it all building trades members have continued to build the roads bridges hospitals schools and green construction projects that are critical to Canadians and our communities from coast to coast to coast. This Labor Day, the importance of labor and dedication to one's work has never been more prevalent. Our heartfelt thanks to all frontline workers, including our skilled trades workers, for all that you do. Enjoy your Labor Day. Canada's Building Trades Unions, value on display. Every day. as we approach labor day long weekend, i want to thank all of you hardworking citizens, businesses, and community workers for your important contribution to mission's quality of life. your dedication makes mission the exceptional community it is. We appreciate your hard work and devotion even through the challenges of COVID 19. As summer slowly comes to a close, Labor Day is a special time to rest and spend quality time with family and friends before we shift into fall. Whether you choose to stay home this weekend or decide to get out and enjoy some of our beautiful local nature, Please stay attentive to all COVID 19 safety protocols. The virus is still with us. Keep your groups small and wash your hands frequently and thoroughly. This is how we keep people safe. No one asked for this pandemic, but we faced it head on together. And the work that we've done shows our resiliency in the face of uncertainty and our new normal. Take care, everyone, and have a lovely Labor Day long weekend. Stay calm, stay strong. ਲਵ ਟੂ ਯੂ ਆਹ ਹਰ ਦੁਨੀਆ ਦੇ ਵਿੱਚ ਕੋਈ ਵੀ ਕੰਮ ਕੰਮ ਜੋ ਹੈ ਉਹ ਵਧੀਆ ਹੁੰਦਾ ਕੋਈ ਵੀ ਕੰਮ ਘਟਿਆ ਨਹੀਂ ਹੁੰਦਾ ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਨ ਭਾਵਨਾ ਯਾਨੀ ਕਿ ਇਨਫਿਉਰਿਟੀ ਕੰਪਲੈਕਸ ਮਹਿਸੂਸ ਨਾ ਕਰੇ ਕਿਸੇ ਕੰਮ ਨੂੰ ਕਰਕੇ ਮਾਨ ਮਹਿਸੂਸ ਕਰਨ ਵਾਲਾ ਸਖਸ਼ ਅਸਲੀ ਕਿਰਤੀ ਹੁੰਦਾ ਦਸਾਂ ਨੋਹਾਂ ਨਾਲ ਕਮਾਈ ਕੀਤੇ ਧਨ ਨਾਲ ਮਨ ਨੂੰ ਜੋ ਤਸੱਲੀ ਹੁੰਦੀ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਕਮਾਈ ਦੇ ਵਿੱਚ ਬਰਕਤ ਵੀ ਹੁੰਦੀ ਹੈ ਗਲਤ ਤਰੀਕਿਆਂ ਦੇ ਨਾਲ ਕੀਤੀ ਕਮਾਈ ਬਹੁਤ ਵਾਰੀ ਕਿਸੇ ਜਹਿਮਤ ਜਾਂ ਮੁਕਦਮੇ ਤੇ ਹੀ ਲੱਗਦੀ ਹੈ ਕਈ ਵਾਰ ਇਸ ਕਮਾਈ ਨੂੰ ਵਿਗੜੀ ਹੋਈ ਔਲਾਦ ਉੜਾ ਦਿੰਦੀ ਹੈ ਇਸ ਕਮਾਈ ਨੂੰ ਤੁਸੀਂ ਵਿਅਰਥ ਹੀ ਗਵਾ ਦਿੰਦੇ ਹੋ ਹੁਣ ਜੇ ਅਸੀਂ ਸਾਡੇ ਗੁਰੂ ਸਹਿਬਾਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਾਨੂੰ ਸ਼ੁਰੂ ਤੋਂ ਹੀ ਕਿਰਤ ਦਾ ਸਬਕ ਦਿੱਤਾ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਰ ਅਸੀਂ ਲੋਕ ਇਸ ਤੇ ਅਮਲ ਘੱਟ ਵਾਦੀ ਕਰਦੇ ਹਾਂ ਬਾਬਾ ਨਾਨਕ ਨੇ 70 ਸਾਲ ਦੀ ਉਮਰ ਵਿੱਚ ਆਪਣੇ ਹੱਲਵਾ ਕੇ ਕਿਰਤ ਦੀ ਮਿਸਾਲ ਸਾਡੇ ਲਈ ਕਾਇਮ ਕੀਤੀ ਸੀ। ਦਸ਼ਮੇਸ਼ ਪਿਤਾ ਨੇ ਵੀ ਕਿਰਤ ਨਾ ਕਰਨ ਵਾਲੇ ਨੌਜਵਾਨਾਂ ਦੇ ਹੱਥੋਂ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅਸੀਂ ਆਪਣੇ ਅਮੀਰ ਵਿਸਥੇ ਤੋਂ ਕੁਝ ਵੀ ਨਹੀਂ ਸਿੱਖਿਆ। ਅੱਜ ਵੀ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਵੇਲੇ ਤਾਂ ਬੈਠੇ ਰਹਿਣਗੇ ਪਰ ਘਰ ਦੇ ਕੰਮ ਵਿੱਚ ਹੱਥ ਘੱਟ ਬਟਾਉਂਦੇ ਨੇ। ਪਰ ਸਲੋਡ ਸਮਝੰਦੀ ਕਿਰਤ ਦੀ ਕਦਰ ਇਨ੍ਹਾਂ ਵਿਦੇਸ਼ੀ ਮੁਲਕਾਂ ਵਿੱਚ ਬਹੁਤ ਜ਼ਿਆਦਾ ਹੈ। ਇਸ ਦੀਆਂ ਕਈ ਮਿਸਾਲਾਂ ਵੀ ਨੇ। ਹੁਣ ਗੁਰਬਾਣੀ ਦੀ ਤੁਕ ਆਪਨ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀਏ ਤੇ ਅਮਲ ਕੀਤਾ ਜਾ ਸਕਦਾ ਪ੍ਰਣ ਕੀਤਾ ਜਾ ਸਕਦਾ ਕਿ ਦੇਸ਼ ਵਿਦੇਸ਼ ਵਿੱਚ ਅਸੀਂ ਕਿਤੇ ਵੀ ਹੋਈਏ ਕਿਰਤ ਦਾ ਲੜ ਸਾਨੂੰ ਨਹੀਂ ਛੱਡਣਾ ਚਾਹੀਦਾ ਕਿਉਂਕਿ ਮਿਹਨਤ ਸਫਲਤਾ ਦੀ ਕੁੰਜੀ ਹੁੰਦੀ ਹੈ ਇੱਕ ਵਾਰ ਫਿਰ ਇਸ ਪੈਂਡੈਮਿਕ ਦੇ ਦੌਰਾਨ ਸਾਡੇ ਲਈ ਜੋ ਕੰਮ ਕਰ ਰਹੇ ਨੇ ਸਾਡੇ ਹੈਲਥ ਵਰਕਰਸ ਫਰੰਟ ਲਾਈਨ ਵਰਕਰਸ ਉਹਨਾਂ ਨੂੰ ਦਿਲੋਂ ਸਲਾਮ ਕਿਉਂਕਿ ਉਹ ਆਪਣੀਆਂ ਜਾਨਾਂ ਦੇ ਉੱਤੇ ਖੇਡ ਕੇ ਸਾਡੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਏਵ ਲੇਬਰ ਡੇ ਇਸ ਵਾਰ ਦਾ ਲੇਬਰ ਡੇ ਉਹਨਾਂ ਨੂੰ ਸਮਰਪਿਤ ਧੰਨਵਾਦ